ਹਾਂ, ਐਮਰਜੈਂਸੀ ਦੀ ਜਿਹੜੀ ਫਿਲਮ ਬਣਾਈ ਗਈ ਹੈ ਨਾ, ਇਹ ਆਪਾਂ ਨੂੰ ਚੜਾਉਣ ਵਾਸਤੇ ਹੈ। ਇਹ ਬਹੁਤ ਵੱਡੀਆਂ ਸਾਜ਼ਿਸ਼ਾਂ ਆਏ ਦਿਨ ਹੋ ਰਹੀਆਂ। ਸਿੱਖ ਵਿਰੋਧੀ ਏਜੰਸੀਆਂ ਹਰ ਸਮੇਂ ਤਿਆਰ ਬੈਠੀਆਂ। ਕੋਈ ਵੀ ਤੁਹਾਡੇ ਸਾਹਮਣੇ ਇਹੋ ਜਿਹਾ ਮਸਲਾ ਆਉਂਦਾ, ਚੁੱਪ ਕਰਕੇ ਨਹੀਂ ਆਪਾਂ ਬੈਠੇ, ਮੂੰਹ ਤੋੜ ਜਵਾਬ ਦੇਵਾਂਗੇ ਨਾ। ਬੀਬੀ ਕੰਗਣਾ ਨੇ ਜੋ ਸਾਡੇ ਜ਼ਖਮਾਂ 'ਤੇ ਲੂਣ ਛਿੜਕਿਆ, ਇਸ ਦਾ ਆਪਾਂ ਸਾਰਿਆਂ ਨੇ ਡਟ ਕੇ ਜਵਾਬ ਦੇਣਾ। ਇਹ ਮੂਵੀਆਂ, ਇਹ ਫਿਲਮਾਂ ਰਿਲੀਜ਼ ਨਹੀਂ ਹੋਣ ਦੇਣੀਆਂ ਕਿ ਸਿੱਖ ਕੌਮ ਤੁਹਾਡੀਆਂ ਇਹ ਸਾਜ਼ਿਸ਼ਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਔਰ ਇਹ ਤੁਹਾਡੀਆਂ ਸਾਜ਼ਿਸ਼ਾਂ ਅਸੀਂ ਚੱਲਣ ਨਹੀਂ ਦੇਣੀਆਂ। ਤੁਹਾਡੇ ਚਰਨਾਂ ਵਿੱਚ ਸਾਰਿਆਂ ਦੇ ਸੁਨਿਮਰ ਬੇਨਤੀ ਹੈ ਕਿ ਤੁਸੀਂ ਸਾਰੇ ਮਿਲ ਕੇ ਇਕੱਠੇ ਰਹੋ, ਕਿਉਂਕਿ ਬੜਾ ਮੁਸੀਬਤ ਭਰਿਆ ਸਮਾਂ ਕੌਮ 'ਤੇ ਚੱਲ ਰਿਹਾ। ਇੰਨੇ ਕੁ ਮਾਰੂ ਹਮਲੇ ਤੁਹਾਡੇ 'ਤੇ ਹੋ ਰਹੇ ਆ ਨਾ, ਇੱਕ ਹਮਲੇ ਦਾ ਵਾਰ ਹੋ ਕੇ ਹਟਦਾ ਦੋ ਹੋਰ ਤਿਆਰ ਹੁੰਦੇ। ਆਹ ਐਮਰਜੈਂਸੀ ਦੀ ਜਿਹੜੀ ਫਿਲਮ ਬਣਾਈ ਗਈ ਹੈ ਨਾ, ਇਹ ਆਪਾਂ ਨੂੰ ਚੜਾਉਣ ਵਾਸਤੇ ਹੈ। ਇਹ ਐਵੇਂ ਨਾ ਸੋਚੋ, ਇਹ ਬਹੁਤ ਵੱਡੀਆਂ ਸਾਜ਼ਿਸ਼ਾਂ ਆਏ ਦਿਨ ਹੋ ਰਹੀਆਂ। ਪੰਥ ਦੇ ਅੰਦਰ ਕੋਈ ਨਾ ਕੋਈ ਮਸਲਾ, ਮੌਕੇ ਦੀਆਂ ਜ਼ਾਲਮ ਹਕੂਮਤਾਂ, ਸਿੱਖ ਵਿਰੋਧੀ ਏਜੰਸੀਆਂ ਹਰ ਸਮੇਂ ਤਿਆਰ ਬੈਠੀਆਂ। ਇਸ ਕਰਕੇ ਮੇਰੀ ਇਹ ਬੇਨਤੀ ਹੈ, ਜਿਵੇਂ ਪਹਿਰੇਦਾਰ ਹੋਕਾ ਦਿੰਦਾ ਨਾ ਵੀ ਜਾਗਦੇ ਰਹੋ, ਤੁਹਾਡਾ ਘਰ ਨਾ ਲੁੱਟਿਆ ਜਾਏ, ਉਹ ਤੁਹਾਨੂੰ ਜਗਾਉਂਦਾ, ਸੁਚੇਤ ਕਰਦਾ। ਜੇ ਤੁਸੀਂ ਜਾਗਦੇ ਰਹੋਗੇ ਤੁਹਾਡੇ ਘਰ ਨੂੰ ਕੋਈ ਹੱਥ ਨਹੀਂ ਪਾ ਸਕਦਾ। ਕੋਈ ਵੀ ਤੁਹਾਡੇ ਸਾਹਮਣੇ ਇਹੋ ਜਿਹਾ ਮਸਲਾ ਆਉਂਦਾ, ਚੁੱਪ ਕਰਕੇ ਨਹੀਂ ਆਪਾਂ ਬੈਠਣਾ, ਖਾਸ ਕਰਕੇ ਵਿਦੇਸ਼ਾਂ ਦੇ ਸਿੱਖ। ਜਦੋਂ ਆਪਾਂ ਤਕੜੇ ਹੋ ਕੇ ਜ਼ਾਲਮ ਸਰਕਾਰ ਦੇ ਹਰ ਹਮਲੇ ਦਾ ਮੂੰਹ ਤੋੜ ਜਵਾਬ ਦੇਵਾਂਗੇ ਨਾ, ਤਾਂ ਇੱਕ ਨਾ ਇੱਕ ਦਿਨ ਉਹਨਾਂ ਨੂੰ ਸੋਚਣਾ ਪਏਗਾ ਕਿ ਕੌਮ ਸੁਚੇਤ ਹੈ ਔਰ ਤਿਆਰ ਪਰ ਤਿਆਰ ਬੈਠੀ ਹੈ ਸਾਡੀ ਹਰ ਗੱਲ ਦਾ ਜਵਾਬ ਦੇਣ ਲਈ। ਸੋ ਇਹ ਜਿਹੜੀ ਐਮਰਜੈਂਸੀ ਫਿਲਮ ਬਣਾਈ ਹੈ, ਕਿਉਂਕਿ ਦੇਖੋ ਮਹਾਂਪੁਰਖਾਂ ਦੀ, ਸੰਤ ਬਾਬਾ ਜਰਨੈਲ ਸਿੰਘ ਜੀ, ਗਿਆਨੀ ਰਣਜੀਤ ਸਿੰਘ ਜੀ ਨੇ ਬਚਪਨ ਤੋਂ ਸੰਗਤ ਕੀਤੀ ਸੰਗੋਜਲਾ ਸਾਹਿਬ ਨੇ। ਮੈਂ ਤੁਹਾਨੂੰ ਦੱਸਦਾ ਸਾਧ ਸੰਗਤ ਦੀ, ਕਈ ਵਾਰੀ ਮੇਰੇ ਮੂੰਹੋਂ ਵੀ ਮੈਂ ਮਾਫ਼ੀ ਮੰਗਦਾ ਫਿੱਕਾ ਸ਼ਬਦ ਨਿਕਲ ਜਾਂਦਾ, ਪਰ ਧੰਨ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਕਦੇ ਉਹਨਾਂ ਨੇ ਜੀਵਨ 'ਚ ਕਿਸੇ ਨੂੰ ਫਿੱਕਾ ਸ਼ਬਦ ਨਹੀਂ ਕਿਹਾ। ਜਦੋਂ ਉਹਨਾਂ ਨੂੰ ਅੱਤ ਦਰਜੇ ਦਾ ਬਹੁਤ ਕਈ ਵਾਰੀ ਨਾ ਸਿੰਘ, ਜਥੇ ਦੇ ਸਿੰਘ ਤੰਗ ਕਰ ਦਿੰਦੇ ਸਨ, ਕਈ ਕਾਰਨ ਵਾਪਰਦੇ ਸੀ। ਜਿਵੇਂ ਤੁਸੀਂ ਕਿਹਾ ਨਾ ਵੀ ਅੰਦਰੋਂ ਬਾਹਰੋਂ ਸਾਡਾ ਨਿੱਤ ਦਾ ਹੀ ਇਹ ਕੰਮ ਚੱਲ ਰਿਹਾ, ਬਾਹਰਲੇ ਘੱਟ ਅੰਦਰਲੇ ਸਾਨੂੰ ਬਹੁਤ ਦੁਖੀ ਕਰਦੇ ਆ ਸਾਡੇ ਆਪਣੇ। ਮੈਂ ਕਹਿ ਕੇ ਨਹੀਂ ਤੁਹਾਨੂੰ ਦੱਸਣਾ, ਨਿੱਤ ਸਾਨੂੰ ਇਹਦੇ ਨਾਲ ਜੂਝਣਾ ਹੀ ਪੈਂਦਾ। ਸੰਤਾਂ ਨੇ ਕਹਿਣਾ, ਸਿੰਘੋ ਮੈਨੂੰ ਸੰਤਾਂ ਦੀ ਚਿਖਾ ਨਾ ਯਾਦ ਕਰਾਇਆ ਕਰੋ, ਸੰਤ ਬਾਬਾ ਕਰਤਾਰ ਸਿੰਘ ਜੀ, ਹੱਦ ਬਸ ਇੰਨੀ ਗੱਲ ਹੀ ਕਹਿਣੀ। ਉਹਨਾਂ ਕਿੱਡਾ ਵੱਡਾ ਜੀਰਾ, ਕਿੱਡਾ ਵੱਡਾ ਉਹਨਾਂ ਦਾ ਅਜਰ ਜਰਨਾ ਸੀ। ਅਤੇ ਜਦੋਂ ਵੀ ਉਹ ਇੰਦਰਾ ਗਾਂਧੀ ਬਾਰੇ ਬੋਲਦੇ ਸੀ ਨਾ, ਬੀਬੀ ਇੰਦਰਾ ਕਹਿ ਕੇ ਬੋਲਦੇ ਸੀ, ਮਾੜਾ ਸ਼ਬਦ ਨਹੀਂ ਕਦੇ ਬੋਲਿਆ, ਆਪਣੇ ਦੁਸ਼ਮਣ ਨੂੰ ਵੀ ਮਾੜੇ ਸ਼ਬਦ, ਉਹਨੂੰ ਵੀ ਸਤਿਕਾਰ ਦੀ ਭਾਸ਼ਾ ਵਿੱਚ, ਸਿਧਾਂਤਕ ਭਾਸ਼ਾ ਵਿੱਚ ਜਵਾਬ ਦਿੰਦੇ ਸੀ। ਸੋ ਅਸੀਂ ਵੀ ਦੇਖੋ, ਮੇਰੀ ਬੇਨਤੀ ਹੈ, ਆਪਾਂ ਗੁਰੂ ਦੇ ਸਿੱਖ ਹਾਂ, ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਹਾਂ, ਬੀਬੀ ਕੰਗਣਾ ਨੇ ਜੋ ਸਾਡੇ ਜ਼ਖਮਾਂ 'ਤੇ ਲੂਣ ਛਿੜਕਿਆ,
ਇਸ ਦਾ ਆਪਾਂ ਸਾਰਿਆਂ ਨੇ ਡਟ ਕੇ ਜਵਾਬ ਦੇਣਾ। ਔਰ ਇਹੋ ਜਿਹੇ ਜੋ ਸਰਕਾਰ ਵੱਲੋਂ ਸਿੱਖ ਵਿਰੋਧੀ ਮਾਹੌਲ ਸਿਰਜੇ ਜਾ ਰਹੇ ਆ, ਇਹਨਾਂ ਦਾ ਡਟ ਕੇ ਮੁਕਾਬਲਾ ਵੀ ਕਰਨਾ ਆਪਾਂ। ਔਰ ਇਹੋ ਜਿਹੀਆਂ ਗੱਲਾਂ ਆਪਾਂ, ਇਹ ਮੂਵੀਆਂ ਇਹ ਫਿਲਮਾਂ ਰਿਲੀਜ਼ ਨਹੀਂ ਹੋਣ ਦੇਣੀਆਂ। ਜਦ ਹਰ ਸਮੇਂ ਸਰਕਾਰਾਂ ਹਰ ਵੱਖ ਵੱਖ ਹਥਿਆਰਾਂ ਨਾਲ ਮਾਰੂ ਹਮਲੇ ਕਰਦੀਆਂ, ਕਦੇ ਸਾਡੇ 'ਤੇ ਤੋਪਾਂ ਟੈਂਕਾਂ ਨਾਲ ਹਮਲੇ ਹੋਏ ਹੈ, ਕਦੇ ਸਾਡੇ 'ਤੇ ਹੋਰ ਤਰ੍ਹਾਂ ਹਮਲੇ ਹੋਏ ਹੈ। ਅੱਜ ਸੋਸ਼ਲ ਮੀਡੀਆ ਦੁਆਰਾ ਸਾਡੇ 'ਤੇ ਬਹੁਤ ਵੱਡੇ ਹਮਲੇ ਹੋ ਰਹੇ ਹੈ। ਤੁਸੀਂ ਬਹੁਤ ਪੜ੍ਹੇ ਲਿਖੇ ਹੋ, ਜੇ ਉਹ ਉਸ ਮੀਡੀਆ ਉਸ ਮਾਧਿਅਮ ਰਾਹੀਂ ਸਾਡੇ 'ਤੇ ਹਮਲੇ ਕਰਦੇ ਹੈ, ਚੁੱਪ ਕਰਕੇ ਨਾ ਬੈਠੋ। ਉਸੇ ਹੀ ਸਟੇਜ ਨੂੰ ਵਰਤ ਕੇ, ਥਾਂ ਨੂੰ ਵਰਤ ਕੇ ਸੋਸ਼ਲ ਮੀਡੀਆ 'ਤੇ ਸਰਗਰਮ ਹੋ ਕੇ ਉਹਨਾਂ ਦਾ ਜਵਾਬ ਦਈਏ, ਉਹਨਾਂ ਨੂੰ ਪਤਾ ਲੱਗੇ ਕਿ ਸਿੱਖ ਕੌਮ ਤੁਹਾਡੀਆਂ ਇਹ ਸਾਜ਼ਿਸ਼ਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਔਰ ਇਹ ਤੁਹਾਡੀਆਂ ਸਾਜ਼ਿਸ਼ਾਂ ਅਸੀਂ ਚੱਲਣ ਨਹੀਂ ਦੇਣੀਆਂ। ਜੇ ਸਾਰੇ ਡਟ ਕੇ ਵਿਰੋਧ ਕਰੋਗੇ ਤਾਂ ਕਦੇ ਵੀ ਨਹੀਂ ਹੋ ਸਕਦਾ ਕਿ ਇਹਨਾਂ ਦੇ ਮਨਸੂਬੇ ਕਾਮਯਾਬ ਹੋ ਸਕਣ। ਸੋ ਇਹ ਮੇਰੀ ਬੇਨਤੀ ਹੈ, ਆਪਾਂ ਵਿਦੇਸ਼ ਦੇ ਸਿੱਖ, ਦੇਖੋ ਸਾਧ ਸਿੰਘ ਜੀ, ਗੁਰੂ ਮਹਾਰਾਜ ਦੀ ਹਜ਼ੂਰੀ 'ਚ ਸੱਚ ਬੋਲਣਾ ਚਾਹੀਦਾ। ਸਾਡੇ 'ਤੇ ਬਹੁਤ ਵੱਡੇ ਪ੍ਰੈਸ਼ਰ ਹੈ, ਬਹੁਤ ਵੱਡੇ ਸੰਕਟਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ, ਪਰ ਮਹਾਰਾਜ ਦੀ ਤੁਹਾਡੇ 'ਤੇ ਕਿਰਪਾ, ਤੁਸੀਂ ਆਜ਼ਾਦ ਫਿਜ਼ਾ ਵਿੱਚ ਬੈਠੇ ਹੋ ਔਰ ਤੁਸੀਂ ਸਚੇਤ ਹੋ ਕੌਮ ਲਈ, ਪੰਥ ਲਈ, ਔਰ ਤੁਹਾਡੇ ਮਨ ਵਿੱਚ ਦਰਦ ਵੀ ਹੈ। ਤੁਸੀਂ ਆਪਣਾ ਤਨ ਵੀ, ਧਨ ਵੀ, ਮਨ ਵੀ ਕੌਮ ਦੀ ਖਾਤਰ ਹਮੇਸ਼ਾ ਹੀ ਕੁਰਬਾਨ ਕੀਤਾ। ਵਿਦੇਸ਼ਾਂ ਦੇ ਸਿੱਖਾਂ ਨੇ, ਕਿਸਾਨੀ ਸੰਘਰਸ਼ ਦੀ ਗੱਲ ਕਰ ਲਓ, ਅਰਬਾਂ ਰੁਪਇਆ ਤੁਸੀਂ ਉੱਥੇ ਕੌਮ ਦੀ ਖਾਤਰ ਲਾਇਆ। ਇਸੇ ਤਰ੍ਹਾਂ ਕੌਮ ਦੇ ਪਰਿਵਾਰਾਂ ਦੀ ਸੇਵਾ ਲਈ ਇਹੋ ਜਿਹੇ ਸਿੰਘ ਤੁਹਾਡੇ ਵਿੱਚ ਬੈਠੇ ਆ ਜਿਹੜੇ ਕਿਸੇ ਨੂੰ ਦੱਸਦੇ ਵੀ ਨਹੀਂ, ਪਰ ਉਹ ਸ਼ਹੀਦ ਪਰਿਵਾਰਾਂ ਦੀ ਸੇਵਾ ਕਰਦੇ ਆ। ਸੋ ਮੇਰੀ ਬੇਨਤੀ ਹੈ, ਸ਼ਹੀਦ ਪਰਿਵਾਰਾਂ ਦੀ ਸੇਵਾ, ਬੰਦੀ ਸਿੰਘਾਂ ਦੀ ਸੇਵਾ ਜਿੰਨੀ ਵੱਧ ਤੋਂ ਵੱਧ ਕੀਤੀ ਜਾਏ ਆਪਣਾ ਫਰਜ਼ ਹੈ। ਸੋ ਆਪਾਂ ਡਟ ਕੇ ਹਰ ਪੱਖ ਤੋਂ ਇਹਨਾਂ ਮੁਸੀਬਤਾਂ ਦਾ ਮੁਕਾਬਲਾ ਕਰਨਾ, ਜੋ ਸਾਡੇ 'ਤੇ ਸਿਧਾਂਤਕ ਹਮਲੇ ਹੋ ਰਹੇ ਆ ਉਹਦਾ ਮੂੰਹ ਤੋੜ ਅਸੀਂ ਡਟ ਕੇ ਜਵਾਬ ਦੇਣਾ। ਇਹ ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ।